ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਤੁਹਾਡੇ ਨਾਲ ਗੁਰੂ ਸਾਹਿਬ ਦੇ ਇੱਕ ਚਮਤਕਾਰ ਦੀ ਆਪਾਂ ਗੱਲ ਕਰਾਂਗੇ ਸ਼ਾਇਦ ਉਸ ਉੱਪਰ ਤੁਹਾਨੂੰ ਯਕੀਨ ਨਾ ਹੋਵੇ ਆਪਣੇ ਚੈਨਲ ਦੇ ਸਬਸਕ੍ਰਾਈਬ ਮਤਲਬ ਆਪਣਾ ਪਰਿਵਾਰ ਹੁਣ 2 ਲੱਖ ਪਾਰ ਕਰ ਗਿਆ ਹੈ ਉਸ ਲਈ ਤੁਹਾਡਾ ਸ਼ਬਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਸੰਗਤ ਜੀ ਸੰਗਤ ਜੀ ਵੀਡੀਓ ਨੂੰ ਲਾਈਕ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਚਲੋ ਹੁਣ ਤੁਹਾਡੇ ਨਾਲ ਸੱਚੀ ਕਥਾ ਸਾਂਝੀ ਕਰ ਲੈਂਦੇ ਹਾਂ ਸੰਗਤ ਜੀ ਸ਼੍ਰੀ ਦਰਬਾਰ ਸਾਹਿਬ ਦੇ ਚਮਤਕਾਰ ਦੀਆਂ ਘਟਨਾਵਾਂ ਬਾਰੇ ਤੁਸੀਂ ਸੁਣਿਆ ਹੀ ਹੋਵੇਗਾ ਅੱਜ ਤੁਹਾਨੂੰ ਅਸੀਂ ਇੱਕ ਅਜਿਹੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਨਾਲ ਉਹਨਾਂ ਲੋਕਾਂ ਦਾ ਵੀ ਰੱਬ ਤੇ ਯਕੀਨ ਬਣ ਜਾਵੇਗਾ ਜੋ ਨਾਸਤਿਕ ਨੇ ਤੇ ਇਹ ਵੀ ਪ੍ਰਤੱਖ ਹੋ ਜਾਵੇਗਾ ਕਿ ਇਸ ਦੁਨੀਆ ਤੋਂ ਕੋਈ ਵੀ ਚੀਜ਼ ਅਸੰਭਵ ਨਹੀਂ ਜੇਕਰ ਰੱਬ ਆਪਣੇ ਸਾਥ ਦੇਵੇ ਤਾਂ ਕਿਸੇ ਵੀ ਅਸੰਭਵ ਚੀਜ਼ ਨੂੰ ਸੰਭਵ ਬਣਾਇਆ ਜਾ ਸਕਦਾ ਹੈ ਇਹ ਘਟਨਾ ਸਾਰੀ ਸੰਗਤ ਦੀ ਅੱਖੀ ਦੇਖੀ ਘਟਨਾ ਹੈ ਜੇਕਰ ਉਸ ਨੂੰ ਚਮਤਕਾਰ ਕਹਿ ਦਈਏ ਤਾਂ ਕੋਈ ਗਲਤ ਗੱਲ ਨਹੀਂ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ ਜਿੱਥੇ 70 ਕੁ ਸਾਲਾਂ ਦਾ ਬਜ਼ੁਰਗ ਮਥਾ ਟੇਕਣ ਦੇ ਲਈ ਆਇਆ ਸੀ ਉਹਨਾਂ ਦੇ ਨਾਲ ਉਹਨਾਂ ਦਾ ਛੋਟਾ ਜਿਹਾ ਪੋਤਾ ਵੀ ਆਇਆ ਸੀ ਗਰਮੀਆਂ ਦੇ ਦਿਨ ਸੰਤੇ 1 ਵਜੇ ਦਾ ਸਮਾਂ ਸੀ ਕਹਿਰ ਦੀ ਗਰਮੀ ਉਤੋਂ ਐਤਵਾਰ ਦਾ ਦਿਨ ਬਹੁਤ ਹੀ ਜ਼ਿਆਦਾ ਭੀੜ ਜਿਵੇਂ ਕਿਵੇਂ ਉਹ ਇਸ਼ਨਾਨ ਕਰਕੇ ਦਰਸ਼ਨੀ ਡਿਉੜੀ ਤੱਕ ਪਹੁੰਚ ਗਏ ਐਤਵਾਰ ਹੋਣ ਕਰਕੇ ਸੰਗਤ ਦੀ ਬਹੁਤ ਹੀ ਜ਼ਿਆਦਾ ਭੀੜ ਸੀ ਬਜ਼ੁਰਗ ਬਾਬੇ ਦੇ ਪੋਤੇ ਨੇ ਖੜੇ ਉੱਥੇ ਇੱਕ ਸੇਵਾਦਾਰ ਨੂੰ ਕਿਹਾ ਸਾਨੂੰ ਸਾਈਡ ਵਾਲੀ ਲਾਈਨ ਤੋਂ ਲਗਾ ਦਿਓ ਮੇਰੇ ਦਾਦਾ ਜੀ ਬਜ਼ੁਰਗ ਨੇ ਤੇ ਜ਼ਿਆਦਾ ਸਮਾਂ ਖੜੇ ਹੋ ਕੇ ਇੰਤਜ਼ਾਰ ਨਹੀਂ ਕਰ ਸਕਦੇ ਇਹਨਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ ਅਸੀਂ ਕਾਫੀ ਦੂਰ ਤੋਂ ਆਏ ਹਾਂ ਸਾਨੂੰ ਬਹੁਤ ਹੀ ਜ਼ਿਆਦਾ ਥਕਾਵਟ ਹੋਈ ਹੈ ਉਹ ਸੇਵਾਦਾਰ ਨੇ ਕਿਹਾ ਕਿ ਮੈਂ ਬਾਬਾ ਜੀ ਨੂੰ ਨਾਲ ਲੈ ਕੇ ਅੰਦਰ ਚਲਿਆ ਜਾਂਦਾ ਹਾਂ ਤੇ ਤੁਸੀਂ ਲਾਈਨ ਦੇ ਵਿੱਚ ਹੀ ਖੜੇ ਰਹੋ ਜੇਕਰ ਮੈਂ ਤੁਹਾਨੂੰ ਵੀ ਨਾਲ ਭੇਜ ਦਿੱਤਾ ਤਾਂ ਬਾਕੀ ਸੰਗਤਾਂ ਇਤਰਾਜ਼ ਕਰਨਗੀਆਂ ਬਾਬਾ ਜੀ ਨੇ ਇਹ ਗੱਲ ਸੁਣ ਕੇ ਅੰਦਰ ਇਕੱਲੇ ਜਾਣ ਤੋਂ ਮਨਾ ਕਰ ਦਿੱਤਾ ਤੇ ਉਹ ਦੋਨੋਂ ਹੀ ਲਾਈਨ ਦੇ ਵਿੱਚ ਖੜੇ ਰਹੇ 2 ਘੰਟੇ ਬੀਤਣ ਤੋਂ ਬਾਅਦ ਉਹ ਮੇਨ ਦਰਵਾਜੇ ਦੇ ਕਾਫੀ ਕੋਲ ਪਹੁੰਚ ਗਏ ਪ੍ਰਸੰਗਤ ਦੀ ਬਹੁਤ ਹੀ ਜ਼ਿਆਦਾ ਪੇਟ ਤੇ ਗਰਮੀ ਹੋਣ ਕਰਕੇ ਬਾਬਾ ਜੀ ਨੂੰ ਉਥੇ ਖੜੇ ਖੜੇ ਚੱਕਰ ਆ ਗਿਆ ਤੇ ਉਹ ਬਹੁਤ ਹੀ ਜ਼ੋਰ ਦੇ ਨਾਲ ਥੱਲੇ ਡਿੱਗ ਪਏ ਜਿਸ ਦੇ ਕਾਰਨ ਉਹਨਾਂ ਦੇ ਸਿਰ ਦੇ ਉੱਤੇ ਸੱਟ ਵੀ ਲੱਗੀ ਉਹਨਾਂ ਦੇ ਪੋਤੇ ਨੇ ਦੇ ਸੇਵਾਦਾਰ ਨੇ ਬਾਬਾ ਜੀ ਨੂੰ ਫੜ ਕੇ ਸਾਈਡ ਤੇ ਬਿਠਾਇਆ ਸਾਈਡ ਤੇ ਬਿਠਾਉਣ ਤੋਂ ਬਾਅਦ ਦੇਖਿਆ ਕਿ ਬਾਬਾ ਜੀ ਉੱਚੀ ਉੱਚੀ ਰੋਣ ਲੱਗ ਪਏ 15-20 ਮਿੰਟ ਲਗਾਤਾਰ ਰੋਂਦੇ ਰਹੇ ਇਹ ਦੇਖ ਕੇ ਬਾਕੀ ਸੰਗਤ ਵੀ ਭਾਵੁਕ ਹੋ ਗਈ ਫਿਰ ਸੇਵਾਦਾਰ ਨੇ ਕਿਹਾ ਬਾਬਾ ਜੀ ਹੁਣ ਤਾਂ ਤੁਸੀਂ ਪਹੁੰਚ ਚੁੱਕੇ ਹੋ ਹੁਣ ਦਰਸ਼ਨ ਕਰ ਲਵੋ ਹੁਣ ਕਿਉਂ ਰੋ ਰਹੇ ਹੋ ਬਾਬਾ ਜੀ ਨੇ ਕਿਹਾ ਕਿ ਪੁੱਤਰ ਦਰਸ਼ਨ ਤਾਂ ਅੱਖਾਂ ਵਾਲੇ ਕਰਦੇ ਨੇ ਮੈਂ ਤਾਂ ਜਨਮ ਤੋਂ ਹੀ ਅੰਨਾ ਹਾਂ ਮੈਂ ਤਾਂ ਸਿਰਫ ਮੱਥਾ ਹੀ ਟੇਕ ਸਕਦਾ ਹਾਂ ਇਹ ਗੱਲ ਸੁਣ ਕੇ ਸੇਵਾਦਾਰ ਦੀਆਂ ਅੱਖਾਂ ਦੇ ਵਿੱਚ ਵੀ ਪਾਣੀ ਆ ਗਿਆ ਉਸ ਸੇਵਾਦਾਰ ਨੇ ਬਾਬਾ ਜੀ ਨੂੰ ਫੜ ਕੇ ਮੱਥਾ ਠੀਕਾ ਕੇ ਸਰੋਵਰ ਦੇ ਕੋਲ ਬਿਠਾ ਦਿੱਤਾ ਤੇ ਉਹਨਾਂ ਦਾ ਪੋਤਾ ਵੀ ਉਹਨਾਂ ਦੇ ਨਾਲ ਹੀ ਸੀ ਬਾਬਾ ਹੁਣ ਸਰੋਵਰ ਦੇ ਕੋਲ ਬੈਠ ਕੇ ਰੋਈ ਜਾ ਰਿਹਾ ਸੀ ਸੰਗਤਾਂ ਅੰਮ੍ਰਿਤ ਦੀਆਂ ਕੰਨੀਆਂ ਭਰ ਕੇ ਲੈ ਜਾ ਰਹੀਆਂ ਸੀ ਬਾਬਾ ਜੀ ਨੇ ਕਿਹਾ ਹੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਹਿਬ ਮਹਾਰਾਜ ਜੀ ਕਿ ਜੇਕਰ ਮੈਂ ਵੀ ਦੇਖ ਸਕਦਾ ਮੇਰੀ ਨਿਗਾ ਵੀ ਹੁੰਦੀ ਤਾ ਮੈਂ ਵੀ ਤੁਹਾਡੇ ਅੱਜ ਦਰਸ਼ਨ ਕਰ ਸਕਦਾ ਤੇਰੇ ਦੀਦਾਰ ਕਰ ਸਕਦਾ ਉਸ ਸਮੇਂ ਇੱਕ ਨੌਜਵਾਨ ਬਾਬਾ ਜੀ ਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਬਾਬਾ ਜੀ ਰੋਵੋ ਨਾ ਆਪਣੇ ਦੋਵੇਂ ਹੱਥ ਅੱਗੇ ਕਰੋ ਅਮ੍ਰਿਤ ਦਾ ਚੂੜਾ ਛਕੋ ਤੇ ਆਪਣੇ ਦੋਨੇ ਅੱਖਾਂ ਤੇ ਛਿੱਟੇ ਮਾਰੋ। ਬਾਬਾ ਜੀ ਨੇ ਦੋਨੇ ਹੱਥ ਅੱਗੇ ਕੀਤੇ। ਅੱਖਾਂ ਤੇ ਜਲਦੇ ਛਿੱਟੇ ਮਾਰਨਦੇ ਹੀ ਦੇਖ ਸੀ ਕਿ ਸਭ ਕੁਝ ਬਾਬਾ ਜੀ ਨੂੰ ਦਿਖਣ ਲੱਗ ਪਿਆ। ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਹਿਬ ਮਹਾਰਾਜ ਜੀ ਜਦੋਂ ਵੀ ਕਿਰਪਾ ਕਰਦੇ ਨੇ ਐਦਾਂ ਹੀ ਕਰਦੇ ਨੇ। ਉਸ ਸਮੇਂ ਬਾਬਾ ਜੀ ਨੂੰ ਕੁਝ ਵੀ ਸਮਝ ਨਹੀਂ ਆਇਆ ਕਿ ਇਹ ਆਖਿਰ ਹੋਇਆ ਕਿ ਉਹਨਾਂ ਨੇ ਜਦੋਂ ਦੇਖਣਾ ਚਾਹਿਆ ਜਿਸ ਨੌਜਵਾਨ ਨੇ ਉਹਨਾਂ ਨੂੰ ਜਲ ਦਿੱਤਾ ਸੀ ਉਹ ਪ੍ਰਕਾਸ਼ ਦੇ ਰੂਪ ਦੇ ਵਿੱਚ ਗਾਇਬ ਹੋ ਚੁੱਕਿਆ ਸੀ ਬਾਬਾ ਜੀ ਉੱਚੀ ਉੱਚੀ ਰੋਂਦੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੇ ਉੱਠ ਕੇ ਖੜੇ ਹੋ ਗਏ ਉਸ ਤੋਂ ਬਾਅਦ ਬਾਬਾ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਮੇਰੇ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਟੁੱਟ ਕਿਰਪਾ ਹੋ ਗਈ ਹੈ ਤੇ ਮੈਨੂੰ ਸਭ ਕੁਝ ਦੇਖਣ ਲੱਗ ਗਿਆ ਹੈ ਇਹ ਸਭ ਕੁਝ ਦੇਖ ਕੇ ਵੀ ਸੇਵਾਦਾਰ ਤੇ ਸੰਗਤਾਂ ਭਾਵੁਕ ਹੋ ਗਈਆਂ ਤੇ ਕਾਫੀ ਹੈਰਾਨ ਵੀ ਹੋਈਆਂ ਦਰਬਾਰ ਸਾਹਿਬ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ ਦੇਰ ਸਵੇਰ ਸਭ ਦੀ ਅਰਦਾਸ ਪੂਰੀ ਹੁੰਦੀ ਹੈ ਫਰਕ ਸਿਰਫ ਇਹਨਾਂ ਹੈ ਕਿ ਵਿਸ਼ਵਾਸ ਦੀ ਜ਼ਰੂਰਤ ਹੁੰਦੀ ਹੈ ਜੇਕਰ ਮਨ ਸੱਚਾ ਹੈ ਤਾਂ ਵਾਹਿਗੁਰੂ ਪਰਮਾਤਮਾ ਸਭ ਦੀਆਂ ਝੋਲੀਆਂ ਭਰ ਦਿੰਦੇ ਨੇ ਜਿਸ ਤਰ੍ਹਾਂ ਇਸ ਬਜ਼ੁਰਗ ਬਾਬੇ ਜੀ ਤੇ ਪਰਮਾਤਮਾ ਦੀ ਕਿਰਪਾ ਹੋਈ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਪੂਰਨ ਹੋਈ ਉਸੇ ਤਰ੍ਹਾਂ ਜੇਕਰ ਕੋਈ ਵੀ ਸੱਚੇ ਦਿਲੋਂ ਅਰਦਾਸ ਕਰਦਾ ਹੈ ਪਰਮਾਤਮਾ ਅੱਗੇ ਬੇਨਤੀ ਕਰਦਾ ਹੈ ਉਸ ਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਬਸ ਮੰਨ ਮੈਲ ਰਹਿਤ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ